जिदन साडे बच्चों के सिरां दे उत्ते दस्तारां सज गईआं ना बंदी सिंघां नूं कोई हो नहीं सकता कि जेलां च रख सके। मैं डॉक्टर भी बन गया, पहला मैं क्या मैं कॉलेज जाके पग बनूंगा, फिर मैं क्या मैं जो डॉक्टर बन गया उदो बनूंगा, अपने गुरु ना झूठ बोलता रहा, फिर मैं क्या जिदन मैं कार्डियोलॉजिस्ट बन गया ना मैं उदन पग बनूंगा, मैं उदन भी नहीं बनूंगा। पावर उदो आ जदों असीं गुरु दे लड़ लगांगे, जदों असीं वाकई गुरु दे सिंघ बणांगे। ਤੁਹਾਡੇ ਸਿਰਾਂ ਤੇ ਪੱਗਾਂ ਹੁੰਦੀਆਂ, ਜਿਹੜੇ ਜਿਹੜੇ ਤੁਹਾਡੇ ਡੋਲੇ ਆ, ਕਿਸੇ ਦੀ ਹਿੰਮਤ ਨਹੀਂ ਹੋਣੀ ਕਿ ਸਾਡੇ ਬਾਪੂਆਂ ਨੂੰ ਕੋਈ ਮਾਰ ਜੇ। ਸਿੱਖੀ ਇਹ ਨਹੀਂ ਕਿਸੇ ਨੂੰ ਜ਼ੋਰ ਨਾਲ ਦਬਾ ਦਿਓ, ਸਿੱਖੀ ਇਹ ਆ ਕਿ ਕਿਸੇ ਦੀ ਜਾਨ ਬਚਾਓ। ਤੁਹਾਡੀਆਂ ਨੀਹਾਂ 'ਚ ਮੁਸਲਮਾਨ ਨੇ, ਤੁਹਾਡੀਆਂ ਨੀਹਾਂ ਦੇ ਵਿੱਚ ਹਿੰਦੂ ਆ, ਤੁਸੀਂ ਉਹਨਾਂ ਨਾਲ ਨਫ਼ਰਤ ਕਿੱਦਾਂ ਕਰ ਸਕਦੇ ਹੋ? ਟਰੱਕ ਡਰਾਈਵਰ ਜਦੋਂ ਕੈਲੀਫੋਰਨੀਆ ਤੋਂ ਨਿਊ ਜਰਸੀ ਲੋਡ ਲੈ ਕੇ ਜਾਂਦਾ, ਉਹਦੇ ਸਿਰ ਦੇ ਉੱਤੇ ਦਸਤਾਰ ਹੋਵੇ, ਉਹ ਸਾਰੇ ਵੇਖਦੇ ਯਾਰ ਇਹ ਕੌਣ ਆ। छेती खत्म करदा क्योंकि बाई होना नहीं गाना, मैं चाहता नहीं कि यह चीज में स्टॉप लगे। एक गल की बाई ने, मैं पॉइंट से आना ज्यादा लंबे चौड़ी गल नहीं करता, बाई ने गल की बंदी सिंघा की, बंदी सिंघा की रिहाई की गल की आ, उत्थे कार दीआं रैलियां भी बड़ियां होईआं पंजाब दे विच, तुसीं भी बहुत कुछ कीता। मैं एक अपनी एक गल शेयर कर लगा, जिदन साडे बच्चों के सिरां दे उत्ते दस्तारां सज गईआं ना बंदी सिंघां नूं कोई हो नहीं सकता कि जेलां च रख सके। जदों तक साडी कौम अपनी दस्तार आप लाउंदी आ, अपने वाल आप पड़दी आ, तुसीं भुल जाओ बंदी सिंघां दी, बंदी सिंघणियां दी किसी की रिहाई तुसीं नहीं करवा सकोगे। साडे हत्थां 'च सब कुछ आ, अपने सिरां ते दस्तारां सजाओ। मैं कहिंदा क्यों, जदों मेरे वर्गा बंदा डॉक्टर अपने सिर ते दस्तार सजा के अपने होस्पिटल जाता, 100 बंदा वेखदा। जदों मेरे हथों किसी की जिंदगी बचती आ, 100 बंदा थैंक यू करता। जदों तुहाडे वर्गे लोग, किसी का बच्चा इत्थे इंजीनियर आ, किसी का डॉक्टर आ, किसी का कुछ आ, एड्डी वड्डियां पोस्टां ते तुसीं बैठे हो, किसी का बच्चे दे 50 ट्रक आ, किसी दे 25 ट्रक आ, जदों ट्रक ड्राइवर जदों कैलीफोर्निया तों न्यू जर्सी लोड लैके जांदा, उहदे सिर दे उत्ते दस्तार होवे, उह सारे वेखदे यार इह कौण आ। ਇਹ ਮੈਂ ਗੱਲ ਕਿਉਂ ਕਰਦਿਆਂ, ਕਿਉਂਕਿ ਉਹ ਕਿਸਾਨੀ ਅੰਦੋਲਨ 'ਚ ਜੇ ਅਸੀਂ ਜਿੱਤੇ ਹਾਂ ਨਾ, ਉਹ ਤੁਹਾਡੇ ਕਰਕੇ ਜਿੱਤੇ ਸਾਂ। ਮੈਂ ਸੱਚੀ ਦੱਸਦਾ, ਇਹ 'ਚ ਕੋਈ ਝੂਠ ਨਹੀਂ, ਜੇ NRI ਤਬਕਾ ਸਾਡੇ ਪਿੱਛੇ ਨਾ ਹੁੰਦਾ ਅਸੀਂ ਕਦੀ ਨਹੀਂ ਜਿੱਤ ਸਕਦੇ ਹਾਂ। ਉਹਨਾਂ ਨੂੰ ਡਰ ਸੀ ਕਿ ਇਹਨਾਂ ਦਾ ਪਤਾ ਥੋੜ੍ਹੀ ਹੈ, ਕੱਲ੍ਹ UN ਦੇ ਅੱਗੇ ਜਾ ਕੇ ਧਰਨਾ ਮਾਰ ਦੇਣਾ ਇਹਨਾਂ ਨੇ, ਸੈਨੇਟਰ ਇਹਨਾਂ ਦੇ, MP ਇਹਨਾਂ ਦੇ। ਸੋ ਤੁਹਾਡੇ ਵਿੱਚ ਬਹੁਤ ਪਾਵਰ ਆ, ਪਾਵਰ ਉਦੋਂ ਆ ਜਦੋਂ ਅਸੀਂ ਗੁਰੂ ਦੇ ਲੜ ਲੱਗਾਂਗੇ, ਜਦੋਂ ਅਸੀਂ ਵਾਕਈ ਗੁਰੂ ਦੇ ਸਿੰਘ ਬਣਾਂਗੇ। ਤੁਹਾਡੀ ਟੋਰ ਹੀ ਹੋ ਰਿਹਾ, ਮੈਂ ਤੁਹਾਨੂੰ ਰਿਕੁਐਸਟ ਕਰਦਾ ਆਪਣੇ ਬੱਚਿਆਂ ਨੂੰ ਸਿੱਖੀ ਬਾਰੇ ਜ਼ਰੂਰ ਦੱਸੋ, ਬਾਬੇ ਨਾਨਕ ਬਾਰੇ ਜ਼ਰੂਰ ਦੱਸਿਓ, ਕਿਉਂਕਿ ਅਸੀਂ ਬਾਬੇ ਨਾਨਕ ਬਾਰੇ, ਆਪਣੇ ਗੁਰੂਆਂ ਬਾਰੇ ਆਪਣੇ ਬੱਚਿਆਂ ਨੂੰ ਦੱਸਦੇ ਨਹੀਂ। ਉਹਨਾਂ ਦਾ ਫਲਸਫਾ ਜਿਹੜਾ ਉਹਨਾਂ ਤੱਕ ਨਹੀਂ ਲੈ ਕੇ ਜਾਂਦੇ, ਕਨਫਿਊਜ਼ਡ ਆ ਸਾਡੇ ਬੱਚੇ, ਕਨਫਿਊਜ਼ਡ, ਉਹਨਾਂ ਨੂੰ ਪਤਾ ਹੀ ਨਹੀਂ ਕਿ ਸਿੱਖੀ ਕੀ ਆ। ਸਿੱਖੀ ਇਹ ਨਹੀਂ ਕਿਸੇ ਨੂੰ ਜ਼ੋਰ ਨਾਲ ਦਬਾ ਦਿਓ, ਸਿੱਖੀ ਇਹ ਆ ਕਿ ਕਿਸੇ ਦੀ ਜਾਨ ਬਚਾਓ। ਜਿਹੜਾ ਪਿਆਰ ਦਾ ਪੈਗਾਮ ਆ, ਉਹ ਹਿੰਦੂ ਨੂੰ ਵੀ ਪਿਆਰ ਕਰੋ, ਉਹ ਮੁਸਲਮਾਨ ਨੂੰ ਵੀ ਪਿਆਰ ਕਰੋ। ਮੀਆਂ ਮੀਰ ਜੀ ਨੂੰ ਯਾਦ ਕਰੋ, ਤੁਹਾਡੀਆਂ ਨੀਹਾਂ 'ਚ ਮੁਸਲਮਾਨ ਨੇ, ਤੁਹਾਡੀਆਂ ਨੀਹਾਂ ਦੇ ਵਿੱਚ ਹਿੰਦੂ ਆ, ਤੁਸੀਂ ਉਹਨਾਂ ਨਾਲ ਨਫ਼ਰਤ ਕਿੱਦਾਂ ਕਰ ਸਕਦੇ ਹੋ? ਤੁਸੀਂ ਕਿੱਦਾਂ ਕਹੋਗੇ ਮੈਂ ਬਾਬੇ ਨਾਨਕ ਦਾ ਸਿੱਖਿਆ ਜੇ ਤੁਹਾਡੇ ਮਨ ਵਿੱਚ ਨਫ਼ਰਤ ਹੋਵੇ? ਇਹ ਮੈਂ ਗੱਲ ਕਿਉਂ ਕੀਤੀ ਅੱਜ, ਮੈਂ ਮੇਰੇ ਫਾਦਰ ਸਾਹਿਬ ਮੇਰੇ ਨਾਲ ਆ, ਬਾਈ ਹੋਣਾਂ ਨੇ ਕੋਈ ਗੱਲ ਕੀਤੀ, ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨ ਲੱਗਾ ਆਪਣੇ ਬਚਪਨ ਦੀ। ਵਿਲਿੰਗਬੋਰੋ ਦੇ ਵਿੱਚ ਇੱਥੇ ਹਰਦੀਪ ਅੰਕਲ ਸੀ, ਉਹ ਤਰਗੇ ਵਿਦੇਸ਼ਾ ਅੰਕਲ ਜੀ ਆ, ਇਹਨਾਂ ਨੂੰ ਸਭ ਪਤਾ ਕਿਹੜੀਆਂ ਮਾਹੌਲਾਂ 'ਚ ਅਸੀਂ ਗਰੋ ਅਪ ਕੀਤੇ ਹਾਂ। ਅਤੇ ਸਟੋਰ 'ਤੇ ਮੇਰੇ ਤੋਂ ਵੱਲ ਵੱਡੇ ਕਹੂੰਗਾ, ਕੱਟੇ ਕਹਿ ਲਓ, ਵੱਡੇ ਕਹਿ ਲਓ, ਛੋਟੇ ਹੁੰਦੇ ਤੋਂ ਵੱਡੇ ਹੀ, ਅਤੇ ਫਾਦਰ ਸਾਹਿਬ ਪੱਗ ਬੰਨ੍ਹਦੇ ਸੀ ਸ਼ੁਰੂ ਤੋਂ, ਇੱਥੇ ਆ ਕੇ ਲਾਈ ਨਹੀਂ, ਅਤੇ ਏਰੀਆ ਥੋੜ੍ਹਾ ਜਿਹਾ ਮਾੜਾ ਸੀ, ਕਦੀ ਕਿਸੇ ਨੇ ਮੁੱਕਾ ਮਾਰ ਜਾਣਾ, ਕਦੀ ਕਿਸੇ ਨੇ ਬੰਦੂਕ ਦਾ ਬੱਟ ਮਾਰ ਜਾਣਾ। ਅਤੇ ਹੌਲੀ ਹੌਲੀ ਜਦੋਂ ਮੈਂ ਪੜ੍ਹਨ ਲੱਗ ਗਿਆ, ਮੈਂ ਡਾਕਟਰ ਵੀ ਬਣ ਗਿਆ, ਪਹਿਲਾਂ ਮੈਂ ਕਿਹਾ ਮੈਂ ਕਾਲਜ 'ਚ ਜਾ ਕੇ ਪੱਗ ਬੰਨੂੰਗਾ, ਫਿਰ ਮੈਂ ਕਿਹਾ ਮੈਂ ਜਦੋਂ ਡਾਕਟਰ ਬਣ ਗਿਆ ਉਦੋਂ ਬੰਨੂੰਗਾ, ਆਪਣੇ ਗੁਰੂ ਨਾਲ ਝੂਠ ਬੋਲਦਾ ਰਿਹਾ, ਫਿਰ ਮੈਂ ਕਿਹਾ ਜਦੋਂ ਮੈਂ ਕਾਰਡੀਓਲੋਜਿਸਟ ਬਣ ਗਿਆ ਨਾ, ਮੈਂ ਉਦਣ ਪੱਗ ਬੰਨੂੰਗਾ, ਮੈਂ ਉਦਣ ਵੀ ਨਹੀਂ ਬੰਨੀ। ਅਤੇ ਮੇਰਾ, ਮੈਂ ਕਿਉਂ ਆਪਣੇ ਆਪ ਨਾਲ ਚੀਚਿਆ ਲੈਂਦਾ ਕਿ ਯਾਰ ਮੇਰੇ ਫਾਦਰ ਨੇ ਇੰਨੇ ਮਾੜੇ ਹਾਲਾਤਾਂ 'ਚ, ਉਹ ਮੈਨੂੰ ਤੁਹਾਨੂੰ ਪਤਾ ਹੀ ਹੈ, ਸਰਦਾਰ ਨੂੰ ਜਿਹਨਾਂ ਨੂੰ ਮਾਰ ਕੇ ਗਏ ਉੱਥੇ ਨਿਊਯਾਰਕ ਵਿੱਚ, ਜੇ ਸਾਡੇ ਬੱਚੇ ਜਿਹੜੇ ਇੱਥੇ ਆ, ਜੇ ਤੁਹਾਡੇ ਸਿਰਾਂ 'ਤੇ ਪੱਗਾਂ ਹੁੰਦੀਆਂ, ਜਿਹੜੇ ਜਿਹੜੇ ਤੁਹਾਡੇ ਡੋਲੇ ਆ, ਕਿਸੇ ਦੀ ਹਿੰਮਤ ਨਹੀਂ ਹੋਣੀ ਕਿ ਸਾਡੇ ਬਾਪੂਆਂ ਨੂੰ ਕੋਈ ਮਾਰ ਜੇ, ਪਰ ਉਹ ਤੁਹਾਡੇ 'ਤੇ ਆ,
कि तुम किधर पहचानोगे कि बड़ी लोड़ आ तुहाडे सिरां ते दस्तारां दी लोड़ आ। सो मैं तेन रोक नहीं सकिया क्योंकि मैनू भी लगा गुरु गोबिंद सिंह जी ने जिदा थापड़ा दिता हुंदा अंदोलन च मैं कुछ भी करता सा बाई नूं पता सी कुछ भी करते सा वह सही हो जाता है। ਉਹ ਗੁਰੂ ਸਾਹਿਬ ਉੱਥੇ ਸੀ ਤੇ ਉਹ ਕੁਝ ਹੋਇਆ ਸਾਨੂੰ ਪਤਾ ਅਸੀਂ ਗੁਰੂਆਂ ਨੂੰ ਨਾਲ ਲੈ ਕੇ ਚੱਲੇ ਹਾਂ ਔਰ ਬੜੀ ਵੱਡੀ ਜੰਗ ਜਿੱਤੀ ਤੁਹਾਡੇ ਸਦਕਾ ਤੁਸੀਂ ਜਿੱਤੀ ਆ ਅਸੀਂ ਉੱਥੇ ਜਿੱਤ ਨਹੀਂ ਸਕਦੇ ਮੈਨੂੰ ਪਤਾ ਆਉਂਦਾ ਮੈਂ ਪਿੱਛੇ ਗੱਲ ਹੀ ਕਰਦਾ ਮੈਨੂੰ ਧੰਨਵਾਦ ਕੋਈ ਕਰਦਾ ਮੈਂ ਕਿਹਾ ਮੈਂ ਤੇ ਤਿੜਿਆ ਬੜਾ ਸਾਂ ਬੰਦਾ ਕਦੋਂ ਤਿੜਦਾ ਤੁਹਾਨੂੰ ਪਤਾ ਜਦੋਂ ਦੀ ਯਾਰ ਮਿਲੀ ਜਾਂਦੇ ਹੋ ਕਿਤੇ ਜੇ ਪਤਾ ਵੇ ਅਸੀਂ ਚਾਰ ਪੰਜ ਆ ਉਦੋਂ ਬੰਦਾ ਵੱਧ ਵੱਧ ਕੇ ਲੜਦਾ ਜਦੋਂ ਮੈਨੂੰ ਪਤਾ ਸੀ ਕਿ NRI ਸਾਰੇ ਮੇਰੇ ਪਿੱਛੇ ਖੜੇ ਆ ਜਦੋਂ ਮੈਨੂੰ ਪਤਾ ਮੈਨੂੰ ਜੇਲ੍ਹ 'ਚ ਰੱਖਣ 'ਤੇ ਸਹੀ ਵੇਖੀ ਇਹਨਾਂ ਦੀਆਂ ਜੇਲ੍ਹਾਂ ਕਿੱਦਾਂ ਬਲੋਕ ਹੋ ਜਾਂਦੀਆਂ ਮੈਨੂੰ ਏਅਰਪੋਰਟ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਇਹਨਾਂ ਦੀ ਏਅਰਪੋਰਟ ਬਲੋਕ ਕਰ ਦੇਣੀ ਇੰਨਾ ਪਤਾ ਆਪਣੇ ਆਪ 'ਚ ਤਿੜ ਸੀ ਕਿ ਇੰਨੇ ਲੋਕ ਸਾਡੇ ਪਿੱਛੇ ਆ ਉਹ ਤਿੜ ਸਦਕਾ ਮੈਂ ਵੀ ਚੰਭ ਲਿਆ ਉੱਥੇ ਪੰਗੇ ਲੈਂਦਾ ਹਾਂ ਉਹ ਤਿੜ ਸਦਕਾ ਅਸੀਂ ਜਿੱਤ ਗਏ ਉਹ ਤੁਹਾਡੀ ਦੌਲਤ ਬਾਕੀ ਕਵਰ ਦੀ ਦੇਰ ਮੈਂ ਦੇ ਨਹੀਂ ਸਕਦਾ ਮੈਂ ਤੁਹਾਨੂੰ ਦੱਸ ਦਿੰਦਾ ਕਿਉਂ ਜਦੋਂ ਮੈਂ ਇੱਥੋਂ ਜਾਣਾ ਸੀ ਹਰਫ ਦਾ ਮੈਸੇਜ ਆਇਆ ਹਰਫ ਨੇ ਉੱਥੇ ਗਰੁੱਪ ਸੀ ਸਾਡਾ ਚੱਲਦਾ ਉੱਥੇ ਬੜੇ ਲੋਕਾਂ ਨੇ ਡਰਾਇਆ ਡਾਕਟਰ ਨੂੰ ਰੋਕ ਲਓ ਇੱਥੇ INA ਯੇ ਵੋ ਇੱਥੇ ਲੱਗ ਜਾਣਾ ਹਰਫਾਂ ਮੈਂ ਹਰਫ ਨਾਲ ਗੱਲ ਕੀਤੀ ਉਹਦਾ ਨਹੀਂ ਆ ਜਾ ਕੋਈ ਨਹੀਂ ਯਾਰ ਮੈਂ ਕਿਹਾ ਚੱਲ ਯਾਰ ਤੂੰ ਵੀ ਬੈਠਾ ਹੀ ਆ ਤੁਸੀਂ ਵੀ ਬੈਠੇ ਹੋ ਜਾਂ ਮੇਰੇ ਵੀ ਲੱਗੀ ਤਾਂ ਲੱਗ ਜੂਗੀ ਪਹਿਲਾਂ ਮੈਂ ਸਿੰਘੂ ਜਾਣਾ ਸੀ ਮੈਂ ਮਾਝੇ ਦਾ ਸਾਡਾ ਪਿੰਡ ਸਿੰਘੂ ਬਾਰਡਰ ਤੇ ਬੈਠਾ ਸੀ ਬਾਈ ਹੋਣੀ ਮਾਲਵੇ ਦੇ ਆ ਉਹ ਕਹਿੰਦੇ ਇੱਥੇ ਲੋੜ ਹੈ ਟਿੱਕਰੀ ਜਾਂਦੀ ਲੋੜ ਉੱਥੇ ਆ ਜਾ ਮੈਨੂੰ ਉੱਥੇ ਕੋਈ ਨਹੀਂ ਜਾਣਦਾ ਸੀ ਪਰ ਮੈਂ ਇਹਨਾਂ ਦੀ ਬਦੌਲਤ ਉੱਥੇ ਪਹਿਲਾਂ ਹਰਫ ਮਿਲਿਆ ਫਿਰ ਗੁਲਜ਼ਾਰੀ ਮਿਲਿਆ ਉੱਥੇ ਆਪਣੇ ਕਬੱਡੀ ਦੇ ਮੁੰਡੇ ਮਿਲ ਪਏ ਬਾਈ ਹੋਣੀ ਮਿਲ ਪਏ ਬਸ ਇੰਨਾ ਹੀ ਮੈਨੂੰ ਇੰਨਾ ਮਿਹਨਤ ਤੋਂ ਬਹੁਤ ਦੂਰ ਸਾਂ ਪਰ ਮੈਨੂੰ ਇੰਨਾ ਹੌਸਲਾ ਸੀ ਕਿ ਬਾਈ ਹੋਣੀ ਆਉਣ ਜਦੋਂ ਵੀ ਮੈਨੂੰ ਕਿਸੇ ਚੀਜ਼ ਦੀ ਲੋੜ ਹੋ ਗਈ ਮੈਂ ਬਸ ਇੱਕ ਵਾਰੀ ਕਹਿਣਾ ਹੀ ਹੈ ਆਪੇ ਪਹੁੰਚ ਜਾਣਗੇ ਔਰ ਵਾਕਿਆ ਹੀ ਜੇ ਸਫਾਈ ਦਾ ਹੁਕਮ ਆ ਰਿਹਾ ਸਭ ਤੋਂ ਪਹਿਲਾਂ ਝਾੜੂ ਇਹਨੇ ਫੜਿਆ ਹਰਫ ਨੇ ਫੜਿਆ ਰਾਜਵੀਰ ਜਵੰਡੇ ਨੇ ਫੜਿਆ ਉਹ ਮੁੰਡਿਆਂ ਨੇ ਫੜਿਆ ਕਬੱਡੀ ਵਾਲਿਆਂ ਨੇ ਫੜਿਆ ਜਿਹੜੀ ਗੱਲ ਕਰਾਂ ਮੈਨੂੰ ਵਾਰ ਵਾਰ ਮੈਸੇਜ ਆਉਣਾ ਬਾਈ ਦਾ ਬਾਈ ਤੂੰ ਠੀਕ ਆ ਇਹ ਹੌਸਲਾ ਵਾ ਇੱਕ ਦੂਜੇ ਦਾ ਆਸਰਾ ਵਾ ਸੋ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਬਾਈ ਹੁਣੇ ਇੱਥੇ ਅਮਰੀਕਾ ਆਏ ਔਰ ਤੁਹਾਡਾ ਜਿਨ੍ਹਾਂ ਨੇ ਇਹਨਾਂ ਨੂੰ ਓਨਾ ਹੀ ਪਿਆਰ ਦਿੱਤਾ ਮੈਂ ਇੱਕ ਛੋਟੀ ਜਿਹੀ ਗੱਲ ਦੇ ਨਾਲ ਖਤਮ ਕਰਨ ਲੱਗਾ ਕਿਉਂਕਿ ਅੰਦੋਲਨ ਦੀ ਗੱਲ ਨਾ ਕਰਨ ਤੇ ਮਾੜਾ ਹੋਊਗਾ ਇੱਕ ਬਿੱਲੂ ਚਾਚਾ ਸੀ ਬਾਈ ਯਾਦ ਆ ਆਪਣੇ ਪਿੰਡ ਕੈਲੀਫੋਰਨੀਆ ਲੰਗਰ ਸੀ ਬਿੱਲੂ ਚਾਚੇ ਦਾ ਉਹਦੀ ਛੋਟੀ ਜਿਹੀ ਸਟੋਰੀ ਸਾਡੇ ਤਿੰਨ ਲੰਗਰ ਚੱਲਦੇ ਸੀ ਪਿੰਡ ਕੈਲੀਫੋਰਨੀਆ 'ਚ ਇੱਕ ਬਿੱਲੂ ਚਾਚੇ ਦਾ ਦਸਾਂ ਪਿੰਡਾਂ ਦਾ ਲੰਗਰ ਸੀ ਉਹ ਬਾਈ ਉਹ ਬਜ਼ੁਰਗ ਮੈਂ ਉਹਦੀ ਇੱਕ ਛੋਟੀ ਜਿਹੀ ਗੱਲ ਦੱਸਦਾ ਕਿੱਦਾਂ ਉੱਥੇ ਵਾਕਿਆ ਕਿੱਦਾਂ ਬਾਬਾ ਨਾਨਕ ਉੱਥੇ ਵੱਸਦੇ ਸੀ ਉਹਨੇ ਸਵੇਰੇ ਸਭ ਤੋਂ ਪਹਿਲਾਂ ਉੱਠਣਾ ਰਾਤ ਨੂੰ ਸਾਰਿਆਂ ਨੂੰ ਪ੍ਰਸ਼ਾਦਾ ਛਕਾ ਕੇ ਤੇ ਫਿਰ ਸੌਣਾ ਬਾਕੀਆਂ ਨੂੰ ਅੰਦਰ ਸਮਾ ਦੇਣਾ ਜਿੱਥੇ ਕੂਲਰ ਵੀ ਲੱਗੇ ਸੀ ਉਹਨੇ ਆਪ ਬਾਹਰ ਸੌਣਾ ਰਾਤ ਨੂੰ ਜਦੋਂ ਮੱਛਰ ਵੱਢਣਾ ਤੇ ਮੈਂ ਇੱਕ ਵਾਰੀ ਰਾਤ ਨੂੰ ਤੁਰਿਆ ਗਿਆ ਉਹਨੇ ਏਦਾਂ ਖੁਰਕਣ ਦਿਆ ਆਪਣੇ ਮੱਛਰ ਦੇ ਐ ਮਾਰੇ ਸੁੱਤਾ ਪਿਆ ਮੈਂ ਕਿਹਾ ਯਾਰ ਇੱਥੇ ਆ ਬਾਬਾ ਨਾਨਕ ਜਿਹੜਾ ਬੰਦਾ ਬਾਕੀਆਂ ਨੂੰ ਅੰਦਰ ਪਾਉਣ ਦਿਆ ਆਪ ਬਾਹਰ ਪਿਆ ਬਿੱਲੂ ਚਾਚਾ ਉਹਦਾ ਨਾਮ ਹੈ ਟਿੱਕਰੀ ਬਾਰਡਰ ਤੇ ਸਾਰਿਆਂ ਨੂੰ ਉਹਨਾਂ ਦਾ ਪਤਾ ਇਹੋ ਜਿਹੀਆਂ ਕਿੰਨੀਆਂ ਦਾਸਤਾਨਾਂ ਵਾ ਮੈਂ ਬਸ ਤੁਹਾਡੇ ਅੱਗੇ ਇੱਕ ਹੱਥ ਜੋੜ ਕੇ ਬੇਨਤੀ ਕਰਨ ਆਇਆ ਉਹਨਾਂ ਲੋਕਾਂ ਨੂੰ ਭੁੱਲਿਓ ਨਾ ਉਹਨਾਂ ਲੋਕਾਂ ਦੀ ਜਿਹੜੀ ਪੱਗ ਦੀ ਉਹ ਜਿਹੜੀ ਇੱਜ਼ਤ ਆ ਉਹਨੂੰ ਸੰਭਾਲ ਕੇ ਰੱਖਿਓ ਇੰਨੀ ਛੇਤੀ ਅੱਜ ਤੇ 5 ਮਹੀਨੇ ਹੋਏ ਆਪਾਂ ਭੁੱਲਣਾ ਸ਼ੁਰੂ ਕਰ ਗਏ ਹਾਂ ਉਹਨਾਂ ਨੇ ਤੁਹਾਡੀ ਕੌਮ ਲਈ ਲੜੇ ਸੀ ਤੁਹਾਡੀ ਮੁੱਛ ਲਈ ਲੜੇ ਸੀ ਤੁਹਾਡੀਆਂ ਪੱਗਾਂ ਲਈ ਲੜੇ ਸੀ ਠੀਕ ਹੈ ਉਹ ਕਿਸਾਨੀ ਲੜਾਈ ਸੀ ਪਰ ਕਿਤੇ ਨਾ ਕਿਤੇ ਤੁਸੀਂ ਆਪ ਉਹ ਲੜਾਈ ਆਪਣੀ ਪੱਗ ਦੀ ਲੜਾਈ ਬਣਾ ਲਈ ਜਿਹੜੀ ਉਹਨਾਂ ਨੇ ਜਿੱਤੀ ਉੱਥੇ ਕੋਈ ਸੌਖਾ ਮਾਹੌਲ ਨਹੀਂ ਸੀ ਅੱਧੀ ਅੱਧੀ ਰਾਤ ਸਰਦੀਆਂ 'ਚ ਗਰਮੀਆਂ 'ਚ ਮਲੇਰੀਆ 'ਚ ਡੇਂਗੂ 'ਚ ਕੋਵਿਡ 'ਚ ਤੁਹਾਡੇ ਸਦਕਾ ਕਿ ਤੁਸੀਂ ਉਹਨਾਂ ਦੇ ਪਿੱਛੇ ਹੋ ਪਰ ਅੱਜ ਉਹਨਾਂ ਨੂੰ ਭੁੱਲਣਾ ਜਾਇਓ ਬਸ ਇੰਨੀਆਂ ਹੀ ਗੱਲਾਂ ਵਾ ਇੰਜੋਏ ਕਰੋ ਵਾਹਿਗੁਰੂ ਜੀ ਕਾ ਬਾਕੀ ਸਾਰੀ ਕਮੇਟੀ ਦਾ ਮੈਂ ਤੇ ਆਪਣੀਆਂ ਗੱਲਾਂ ਜਵਾ ਜਾਂਦਾ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਵੀ ਗਿੱਲ ਸਾਹਿਬ ਔਜਲਾ ਸਾਹਿਬ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਹਾਂ ਬਾਈ ਤੇਰਾ ਤੇ ਬਹੁਤ ਬਹੁਤ ਥੈਂਕ ਯੂ।